मैं खाने जाके दूध का कॉम्बिनेशन उसका चाय बना के पी रहे मैंने समझ की गल की गल नहीं जानदे तुसी हां ऑब्वियसली इनू कौन नहीं जानदा यार तैनू जद मैं प्यार करदा सी ना भाजी प्यार हां जी मैं स्टिल करदा भाजी बहुत शिद्दत है मेरी अच्छा ए सी ए अज ए ए यार हद हो गई भाजी मैं बहुत गम चा मैं बहुत दुख चा मैनू कुछ मतलब कुछ सैड सॉन्ग सुनाओ अपने बहुत हिट होए हुए हैं मैनू प्लीज थोड़ी जी मोटिवेशन दियो थोड़ी जी पावर दियो चल सुना देना मैं तैनू प्लीज भाजी कोई एक हीरोइना याद मेरी आई वे ओ पाजी रोंदी नहीं होनी ओ मतलब मैं रुल गया ओदे रावां च खुश कपूर दियां बावां च कोई होर पाजी ओके दिल मेरा भी करदा छड़दा पर तेरी आदत पे पाजी प्लीज छड़न छड़ाउन दियां गल्लां ना करो मैनू थोड़ा हौसला दो मैं पहुंचना ओदे तक पाजी कोई होर प्लीज कुछ रोमांटिक जिहा मैनू फील आवे थोड़ी फील लेनी है हां जी चल मैं तैनू फील लैना भी हवा दे वड़के आते तेरा नाम लिख भाजी मैनू बहुत गुस्सा आया जिहड़े हवा दे वरके ते उहदा नाम लिखिया ना उहदे ते मैं पकौड़े रख के खा जाणे मैनू बहुत गुस्सा उहदे ते कुछ होर भाजी फिर एक कम कर मैं कल्ला चंगा मैनू नी तेरी लोड़ वे आ वो कैंड फीलिंग हो भाजी ना हां मैं कल्ला चंगा हाँ। मैनू नी तेरी लोड़ पर भाई मैं कल्ला रह नहीं ना सकदा जदों मैं कल्ला हुंदा मैनू भूतां वालियां जिहड़ियां सारियां फिल्मां वेखियां मैनू सारियां याद आउंदियां भाजी मैनू बहुत डर लगदा घर दे मेरे ते प्रेशर पा रहे आ असीं शगन भी कट्ठे करने आ मैं की करां शगन कट्ठे करो शगन ना छड्डो ते तुहाडी शगन कट्ठे करन दी करो तैयारी मेरी शगन जदों लभ जू जदों इनफ शगन हो गया ਸਿੰਮੀ ਕੋਟਕਪੂਰਾ ਸਿੰਮੀ ਕੋਟਕਪੂਰਾ ਭਾਜੀ ਕੁੜੀ ਹੈ ਕੋਈ ਕੋਟਕਪੂਰੇ ਦੀ ਤੁਹਾਨੂੰ ਲਾਈਕ ਕਰਦਾ ਉਹਨੂੰ ਲੱਗਿਆ ਨਾਮ ਗਲਤ ਲੈਣਾ ਜਿੰਮੀ ਤੋਂ ਸਿੰਮੀ ਬਣਾਦਾ ਸਿੰਮੀ ਕੋਟਕਪੂਰਾ ਇਹ ਪੁੱਛ ਰਹੀ ਹੈ ਜਿੰਮੀ ਹੁਣ ਤੁਸੀਂ ਮੋੜਾਂ ਤੇ ਨਹੀਂ ਖੜਦੇ ਕੀ ਗੱਲ ਵਿਆਹ ਤੋਂ ਬਾਅਦ ਡਰ ਗਏ ਮੋੜੋਂ ਤੇ ਖੜਿਆ ਕਰਦੇ ਥੇ ਜਦ ਹਮ ਪੜਿਆ ਕਰਦੇ ਦਿਲ ਤੇ ਆ ਵੀ ਡਰ ਬਿਲਕੁਲ ਡਰ ਰਹੇ ਆ ਮੰਨਦੇ ਆ ਡਰ ਰਹੇ ਆ ਇਹ ਚੰਡੀਗੜ੍ਹ ਸ਼ਰਿਆਮ ਮੰਨਦੇ ਝੰਡਾ ਚੱਕ ਕੇ ਮੰਨਦੇ ਵੀ ਡਰਦੇ ਆ ਵਾਹ ਬਾਈ ਕਿਆ ਦਲੇਰੀ ਆ ਵੀ ਕਿਆ ਸ਼ਰਿਆਮ ਸ਼ਰਿਆਮ ਤੂੰ ਹੀ ਕਹਿੰਦੇ ਸ਼ਰਿਆਮ ਡਰਦੇ ਆ ਸ਼ਰਿਆਮ ਸੰਗਦੇ ਅਸੀਂ ਬਿਜ਼ਨਸਮੈਨ ਬਿੱਲੂ ਇਹ ਪੁੱਛ ਰਹੇ ਪਰਮੀਸ਼ ਤੁਹਾਨੂੰ ਕੀ ਲੱਗਦਾ ਗੋਲਡੀ ਸੱਤਾ ਤੇ ਜਿੰਮੀ ਇਹਨਾਂ ਤਿੰਨਾਂ ਨੂੰ 5-5 ਕਰੋੜ ਰੁਪਇਆ ਦੇ ਦਿੱਤਾ ਜਾਵੇ ਇਹ ਕਿਹੜਾ ਬਿਜ਼ਨਸ ਖੋਲਣਗੇ ਗੋਲਡੀ ਨੇ ਤਾਂ ਕਿਸੇ ਨੂੰ ਦੇ ਦੇਣਾ ਕਿ ਯਾਰ ਮੈਂ ਨਾ ਤਾਂ ਕਿਤੇ ਲਾ ਦੀ ਉਹਨੇ ਰੱਖ ਲੈਣਾ ਭਾਈ ਜਵਾਰੀ ਨਾ ਪਤਾ ਨਹੀਂ ਗੋਲਡੀ ਜ਼ਿੰਮੇਵਾਰ ਜਾਂ ਨਹੀਂ ਮੇਰੇ ਨਾਂ ਤੇ ਕਿਤੇ ਲਾ ਦੀ ਕਿ ਕੁਛ ਕਰੋ ਭਾਈ ਇਹਦਾ ਤੇ ਸੱਤਾ ਜ਼ਿੰਮੇਵਾਰ ਹੈ ਸੱਤੇ ਨੇ ਆਫਿਸ ਉਫਿਸ ਬਣਾ ਲੈਣਾ ਵਧੀਆ ਸਟੂਡੀਓ ਬਣਾ ਲੈਣਾ ਕਿਉਂਕਿ ਜ਼ਿੰਮੇਵਾਰੀ ਵਾਲਾ ਕੰਮ ਸੱਤੇ ਦਾ ਓਕੇ ਤੇ ਜਿੰਮੀ ਭਾਜੀ ਕੀ ਕਰਨਗੇ ਜੇ 5 ਕਰੋੜ ਰੁਪਇਆ ਮਿਲ ਜੇ ਜਿੰਮੀ ਜੇ 5 ਕਰੋੜ ਰੁਪਏ ਸਭ ਤੋਂ ਪਹਿਲਾਂ ਤਾਂ ਇਹ ਚੰਡੀਗੜ੍ਹ ਆਊਗਾ ਇਹਨੇ ਕੰਪਨੀ ਲਾ ਲੈਣੀ ਹੈ ਕਿ ਬਾ ਹੁਣ ਮੈਂ ਗਾਣੇ ਕਰਨੇ ਨੇ ਆਪਦੇ ਹੋਰ ਮੈਂ ਕੁਛ ਨਹੀਂ ਕਰਨਾ ਹੈਗਾ ਜਾਂ ਫਿਰ ਕੋਟਕਪੂਰੇ ਵਾਲਾ ਫਲਾਈਓਵਰ ਬਣਾਉਣਗੇ ਉਹਦਾ ਬਣ ਗਿਆ ਭਾਜੀ ਲਾਸਟ ਟਾਈਮ ਕਿਸੇ ਰਿਸ਼ਤੇਦਾਰ ਨੂੰ ਬੱਸ ਸਟੈਂਡ ਤੋਂ ਕਦੋਂ ਲੈਣ ਗਏ ਸੀ ਕਦੀ ਵੀ ਨਹੀਂ ਵੈਸੇ ਐਕਚੁਅਲੀ ਮੈਂ ਕਿਸੇ ਕੋ ਲੈਣੇ ਜ਼ਿਆਦਾ ਨਹੀਂ ਹੂੰ ਆਪਣੇ ਆਪ ਹੀ ਆ ਜਾਂਦੇ ਆ ਉਹਨਾਂ ਕੋ ਐਡਰੈਸ ਪਤਾ ਹੈ ਐਡਰੈਸ ਭੇਜ ਦਿੰਦੇ ਆ ਕਿ ਇਹ ਹੈ ਆਪਣਾ ਆਪ ਪਹੁੰਚੋ ਪਰ ਉਦਾਂ ਕਈ ਰਿਸ਼ਤੇਦਾਰ ਹੁੰਦੇ ਆ ਕਿ ਸਾਨੂੰ ਦੱਸੋ ਲੈਣ ਨੋ ਨੋ ਬ੍ਰੋ ਆਮ ਨੋ ਐਜ਼ ਅ ਸੈਲੀਬ੍ਰਿਟੀ ਕਈ ਵਾਰੀ ਵਗਾਰਾਂ ਪੈ ਜਾਂਦੀਆਂ ਕਿ ਨਹੀਂ ਨੋ ਭਾਜੀ ਮੈਂ ਮਤਲਬ ਬਚਪਨ ਸੇ ਐਸਾ ਹੂੰ ਮਤਲਬ ਮੈਂ ਸੁਣਤਾ ਹੀ ਨਹੀਂ ਮੇਰੇ ਕੋ ਕਿਸੇ ਕਹੀਂ ਜਾਣੇ ਕੇ ਲਈ ਬੋਲਤਾ ਮੈਂ ਜਾਤਾ ਨਹੀਂ ਵਹਾਂ ਪੇ ਇੱਕ ਨੂੰ ਮਿਲਣਾ ਦੇ ਆ ਵੀ ਆ ਜੋ ਲੈਣ ਨਹੀਂ ਹੋਣਾ ਕੇ ਮਤਲਬ ਆਈ ਡੋਨਟ ਲਾਈਕ ਗੋਇੰਗ ਆਊਟਸਾਈਡ ਮਤਲਬ ਮੈਂ ਘਰ ਪੇ ਰਹਿਣਾ ਪਸੰਦ ਕਰਤਾ ਹੂੰ ਭਾਜੀ ਯਾ ਫਿਰ ਸਟੂਡੀਓਜ਼ ਯਾ ਫਿਰ ਘਰ ਦੈਟਸ ਇਟ ਦਿੱਲੀ ਚ ਵੀ ਹਵਾ ਥੋੜੀ ਖਰਾਬ ਹੈ ਬਹੁਤ ਜ਼ਿਆਦਾ ਥੋੜੀ ਨਹੀਂ ਬਹੁਤ ਜ਼ਿਆਦਾ ਹੋ ਗਈ ਅਬ ਤੋ ਇਹ ਅੱਛਾ ਸ਼ਿਪਰਾ ਅੱਜ ਤੱਕ ਸਭ ਤੋਂ ਸਸਤੀਆਂ ਵਾਲੀਆਂ ਜਾਂ ਜੁਐਲਰੀ ਕਿਹੜੀ ਲਈ ਜਿੱਦਾਂ ਬਲਗਾਰੀ ਤਾਂ ਬਹੁਤ ਮਹਿੰਗਾ ਹੈ ਸਭ ਤੋਂ ਸਸਤੀ ਮੈਂ ਲਿੱਤੀ ਹੋਣੀ ਆ ਕੋਈ ਵੀ ਰਿੰਗ ਲਾ ਲਓ ਫਰਮ ਬਦਰੀ ਮੇਲੇ ਮੂਲੇ ਤੋਂ ਬਤਰੀ ਨਹੀਂ ਹੋਣੇ ਉਹ ਵੀ ਫਾਰਮੈਲਿਟੀ ਮਰੀ ਜਾਣੀ ਹੈ ਨਹੀਂ ਸਾਡਾ ਮੇਲਾ ਨਹੀਂ ਹੈ ਨਹੀਂ ਛੋਟੇ ਮਾਨਸਾ ਤੋਂ ਗਿਆ ਮੈਂ ਵੀ ਮਾਨਸਾ ਤੋਂ ਹਾਂ ਮਾਨਸਾ ਵਾਲੀ ਹੈ ਦਿਹਾਤੀ ਆਪਾਂ ਪਿੰਡ ਵਾਲੇ ਹਾਂ ਨਾਲੇ ਪੰਜਾਬ ਦਾ ਪੂਰਾ ਨੰਬਰ 1 ਡਿਸਟ੍ਰਿਕਟ ਹੈਗਾ ਹੋਈ ਹੋਈ ਉਹ ਵੀ 31 ਹੈ ਨਾ ਉੱਥੇ ਤਾਂ ਮੇਲੇ ਮੂਲੇ ਵਾਲਾ ਵਾਧੂ ਹੈ ਦੂਜੇ ਜਿਹੜੀ ਇਹ ਦੱਸ ਦੇ ਨਹੀਂ ਪਈ ਹੁਣ ਬੰਬੇ ਜਾ ਕੇ ਚੇਂਜ ਹੋ ਗਿਆ ਨਾ ਥੋੜਾ ਜਿਹਾ ਮਾਹੌਲ ਪੈਰ ਛੱਡ ਕੇ ਨਾ ਪੈਰ ਛੱਡ ਕੇ ਪਾਇਲ 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 ਪੈਰ ਛੱਡ ਕੇ ਪੈਰ ਪਾਇਲ ਪਾਇਲ ਲਿੱਤੀ ਹੋਣੀ ਹੈ ਸਭ ਤੋਂ ਸਸਤੀ ਕਿੰਨੀ ਨਹੀਂ ਲੈਤੀ ਹੋਣੀ 5-2 ਰੁਪਈਆਂ ਦੀ ਬਥੇਰੀ ਲੈਤੀ ਹੋਣੀ ਮੈਨੂੰ ਪਤਾ ਮੇਲੇ ਤੋਂ ਲੈ ਕੇ ਇਹਨਾਂ ਵਿੱਚ ਚੱਕੀਆਂ ਹੁਣ ਆਪਾਂ ਰੇਟ ਚੱਕੀਆਂ ਵੀ ਹੋਣੀਆਂ ਲੈਤੀ ਭਈਆ ਇਹ ਦਿਖਾਣਾ ਭਈਆ ਦਿਖਾਣਾ ਡੰਡਾ ਚਾਹੁੰਦਾ ਮੂੰਹ ਮੜਾਇਆ ਉਹਨੂੰ ਐ ਤੇ ਚਲੋ ਨਿਕਲੋ